ਮੇਰੀ ਇੱਕ ਗੱਲ ਤੇ ਕਰਨਲ ਸਾਹਿਬ ਅੱਗੇ ਕਿ ਸਾਡਾ ਅਸਾਂ ਕੋਈ ਕੰਮ ਦੀ ਡਿਮਾਂਡ ਨਹੀਂ ਹੈ ਕਿ ਤੁਸੀਂ ਸਾਡਾ ਇਹ ਕਰਾਓ ਉਹ ਨਾ ਕਰਾਓ। ਇਹ ਅਸਾਂ ਕਰੇ ਸੀ ਤੁਹਾਡੀ ਹਕੂਮਤ ਬਣ ਸੀ ਤੁਸੀਂ ਇਕਤਦਾਰ ਹੈ ਚਾਸੋ ਅਸੀਂ ਤੁਸਾਂ ਕੰਮ ਆਖਨੇ ਦੱਸਾਂ ਤੇ ਤੁਸੀਂ ਸਾਡੇ ਕੰਮ ਕਰੇ ਸੋ। ਫਿਲਹਾਲ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਹੈ ਸਿਰਫ ਸਾਡੀ ਅਮਾਨਤ, ਇੱਕ ਵੋਟ ਦੀ ਅਮਾਨਤ। ਸਿੱਧੀ ਅਮਾਨਤ ਅਸੀਂ ਚਾਹੁੰਦੇ ਹਾਂ ਕਿ ਇਹ ਇਮਰਾਨ ਖਾਨ ਤੱਕ ਪਹੁੰਚੇ ਔਰ ਅਮਾਨਤ ਅਚਾਨਕ ਨਾ ਹੋਵੇ, ਕਿਉਂਕਿ 8 ਫਰਵਰੀ ਤੋਂ ਬਾਅਦ ਇੱਕ ਬੜੀ ਵੱਡੀ ਮੰਡੀ ਲੱਗਣੀ, ਇੱਕ ਡਾਲਰਾਂ ਦਾ ਤੂਫਾਨ ਆਉਣਾ। ਅਸੀਂ ਇਹ ਚਾਹੁੰਦੇ ਹਾਂ ਕਿ ਕਰਨਲ ਸਾਹਿਬ ਸਿੱਧੇ ਜ਼ਹਿਨ ਦੇ ਮੁਤਾਬਿਕ ਸਾਬਿਤ ਕਦਮ ਰਵਣ ਔਰ ਸਾਡੀ ਅਮਾਨਤ ਖਾਨ ਤੱਕ ਪਹੁੰਚਾਉਣ ਵਾਸਤੇ ਸਾਡੀ ਮਦਦ ਕਰੇ। ਬਕਾਇਆ ਅਸੀਂ ਕਰਨਲ ਸਾਹਿਬ ਦੇ ਵੀ ਨੌਕਰ, ਕਰਨਲ ਸਾਹਿਬ ਦੇ ਨੌਕਰਾਂ ਦੇ ਵੀ ਨੌਕਰ ਹਾਂ, ਲੇਕਿਨ ਅਗਰ ਸਾਡੀ ਇਮਾਨਤ ਸ਼ਾਨਤ ਹੋਈ ਤੇ ਵੱਧ ਸਾਡੀ ਤੇ ਤੁਹਾਡੀ ਦੁਸ਼ਮਣੀ, ਤੇ ਜੇ ਅਗਰ ਸਾਡੀ ਇਮਾਨਤ ਪਹੁੰਚੇ ਤਾਂ ਅਸੀਂ ਬਤਾ